ਪੰਜਾਬ ਖੰਨਾ ਦੇ ਵਿੱਚ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਗੈਰ ਕਾਨੂੰਨੀ ਢੰਗ ਦੇ ਨਾਲ ਲਿਜਾਈ ਜਾ ਰਹੀ ਸ਼ਰਾਬ ਫੜਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਵੱਲੋਂ ਫੜੀ ਗਈ 295 ਪੇਟੀ ਸ਼ਰਾਬ, ਜੋ ਦੋ ਵਿਅਕਤੀ ਜਿਨ੍ਹਾਂ ਵਿੱਚੋਂ ਇੱਕ ਹਿਮਾਚਲ ਪ੍ਰਦੇਸ਼ ਅਤੇ ਇੱਕ ਰੋਪੜ ਪੰਜਾਬ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ, ਸ਼ਰਾਬ ਨੂੰ ਵੱਖ ਵੱਖ ਸ਼ਰਾਬ ਦੇ ਠੇਕਿਆਂ ਦੇ ਉੱਪਰ ਸਪਲਾਈ ਕਰਨ ਦੇ ਲਈ ਲੈ ਕੇ ਜਾ ਰਹੇ ਸਨ ਅਤੇ ਪੁਲਿਸ ਦੇ ਹੱਥੇ ਚੜ ਗਏ। ਪੁਲਿਸ ਨੇ ਕਿਹਾ ਕਿ ਅਸੀਂ ਇਹਨਾਂ ਫੜੇ ਗਏ ਵਿਅਕਤੀਆਂ ਤੋਂ ਪੁੱਛ ਪੜਤਾਲ ਕਰ ਰਹੇ ਹਾਂ ਅਤੇ ਇਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਹ ਕਿੱਥੇ ਕਿੱਥੇ ਸ਼ਰਾਬ ਸਪਲਾਈ ਕਰਨ ਦੇ ਲਈ ਲੈ ਕੇ ਜਾ ਰਹੇ ਸਨ। ਕ੍ਰਿਸਟਲ ਮੌਲ ਨਾਕੇ ਤੋਂ ਆਪਣੇ ਇਹ ਸ਼ਰਾਬ ਫੜੀ ਗਈ ਹੈ। ਇਹਦੇ ਵਿੱਚ ਕੋਈ ਕਾਗਜ਼ ਪੱਤਰ, ਕੋਈ ਇਹਨਾਂ ਕੋਲ ਡਾਕੂਮੈਂਟਸ ਕਿੱਥੋਂ ਆਈ ਹੈ, ਇਹ ਕੋਈ ਰਿਕਾਰਡ ਨਹੀਂ ਪੇਸ਼ ਕਰ ਸਕੇ। ਇਹ ਬੰਦੇ ਇਹਨਾਂ ਦੇ ਵਿੱਚ ਇੱਕ ਹੈਗਾ ਆਪਣੇ ਅਰਜਨ ਸਿੰਘ, ਹਿਮਾਚਲ ਪ੍ਰਦੇਸ਼ ਤੋਂ ਹੈ, ਅਤੇ ਇੱਕ ਹੈਗਾ ਇਹਦੇ ਵਿੱਚ ਸੁਖਵਿੰਦਰ ਸਿੰਘ, ਉਹ ਮਾਣੀ ਮਾਜਰਾ ਰੋਪੜ ਤੋਂ ਹੈ। ਇਹ ਦੱਸ ਰਹੇ ਨੇ ਆਪਣੇ ਆਪ ਨੂੰ ਵੀ ਅਸੀਂ ਫਤਿਹਗੜ੍ਹ ਸਾਹਿਬ ਤੋਂ ਆਏ ਸੀਗੇ ਅਤੇ ਇੱਧਰ ਆਪਣੇ ਜੋੜੇ ਪੁਲ ਸਿਹੌੜਾ ਵਗੈਰਾ ਕੀ ਹੈ ਅਤੇ ਜਰਗੜੀ ਵਗੈਰਾ ਉੱਧਰ ਅਸੀਂ ਜਾਣਾ ਸੀਗਾ ਇਹਨੂੰ ਲੈ ਕੇ। ਇਹ ਤਾਂ ਨਜਾਇਜ਼ ਹੀ ਹੈ ਕਹਿ ਸਕਦੇ ਹਾਂ ਇਸਨੂੰ ਆਪਾਂ ਵੀ, ਜਦੋਂ ਇਹ ਕੋਈ ਆਪਣਾ ਰਿਕਾਰਡ ਹੀ ਨਹੀਂ ਪੇਸ਼ ਕਰ ਸਕੇ ਨਜਾਇਜ਼ ਹੀ। ਇਹ 295 ਪੇਟੀਆਂ ਜਿਹੜੀ ਆ ਰਸ ਭਰੀ ਆਪਣੇ ਸ਼ਰਾਬ ਹੈਗੀ ਆ, ਇਹ ਦੇਸੀ ਮਾਰਕਾ, ਉਹ ਅਸੀਂ ਇਹ ਫੜੀ ਹੈ ਇਹਦੇ ਵਿੱਚ। ਦੋ ਬੰਦਿਆਂ ਦੇ ਇਹਨਾਂ ਦੇ ਖਿਲਾਫ, ਅਰਜਨ ਸਿੰਘ ਤੇ ਸੁਖਵਿੰਦਰ ਸਿੰਘ ਦੇ ਖਿਲਾਫ ਇਹ ਪਰਚਾ ਦਰਜ ਕੀਤਾ। ਇਹਦੇ ਬਾਰੇ ਤਾਂ ਫਿਲਹਾਲ ਅਜੇ ਪੁੱਛ ਪੜਤਾਲ ਚੱਲ ਰਹੀ ਹੈ, ਹੋਰ ਕੁਛ ਨਹੀਂ ਮੈਂ ਜੇ ਦੱਸ ਰਹੇ ਹੈਗੇ। ਬਹੁਤ ਇੰਨਾ ਹੀ ਹੋਕੀ ਇਹਦੇ ਵਿੱਚ ਬਸ। ਅੱਛਾ, ਕਿੱਥੋਂ ਕਿੱਥੇ ਲੈ ਕੇ ਚੱਲੇ ਸੀ ਸ਼ਰਾਬ ਤੁਸੀਂ? ਕਿੱਥੋਂ ਲੈ ਕੇ, ਕਿੱਥੋਂ ਆਏ? ਅੱਛਾ, ਸਿਓੜੇ ਲੈ ਆ ਕੇ ਕੀ ਇਹ ਕਿੱਥੇ ਕੀ ਕਾਹਦੇ ਲਈ ਵੇਚਣੀ ਤੁਸੀਂ? ਠੇਕੇ ਭਾਈ, ਹੈਂ ਠੇਕੇ ਸਿੱਧਾ ਜੀ। ਕਿਹੜੀ ਸਾਧੂ ਕਿਹੜੀ ਸੀ? ਹਮੀਰਾ ਜੀ। ਕਿੰਨੀਆਂ ਪੇਟੀਆਂ? ਕਿੰਨੀਆਂ? 300 ਜੀ। ਅੱਛਾ, ਕਿੰਨੇ ਚਿਰ ਤੋਂ ਕੰਮ ਕਰਨ ਲੱਗੇ ਹੋ ਤੁਸੀਂ? ਚਲੋ, ਹੈਂ ਕਿੰਨੇ ਚਿਰ ਤੋਂ ਇਹ ਕੰਮ ਕਰਦੇ ਹੋ? ਪਹਿਲਾਂ ਕਿਹੜਾ ਸੀ? ਪਹਿਲਾਂ ਹੀ ਕਿਹੜਾ ਸੀ?